ਜੀ ਦੇਖੋ ਕਹਿੰਦੇ ਨਾ ਕਿ 12 ਸਾਲ ਬਾਅਦ ਤਾਂ ਰੂੜੀ ਦੇ ਵੀ ਭਾਗ ਲੱਗ ਜਾਂਦੇ ਆ, ਮੈਨੂੰ ਤਾਂ ਫਿਰ 27 ਸਾਲ ਹੋ ਗਏ, ਮੈਨੂੰ ਤਾਂ ਡਬਲ ਲੱਗ ਗਏ। ਤਾਂ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਵੀਰੇ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਰੀ ਮੀਡੀਆ ਦਾ, ਦਿਲੋਂ ਧੰਨਵਾਦ ਕਰੂੰਗਾ ਕਿ ਜੇ ਤੁਸੀਂ ਮੇਰੀ ਆਵਾਜ਼ ਬੁਲੰਦ ਨਾ ਕਰਦੇ ਤਾਂ ਉਹ ਇਹ ਮੁਮਕਿਨ ਨਾ ਹੁੰਦਾ। ਤੋਂ ਉਸ ਤੋਂ ਬਾਅਦ ਮੈਂ ਗੌਰਵ ਭਾਅ ਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੰਨਾ ਕੁਝ ਮੇਰੇ ਲਈ ਕਰਿਆ, ਇੱਕ ਈਸ਼ਰ ਭਾਅ ਜੀ ਨੇ ਚੰਡੀਗੜ੍ਹ ਤੋਂ, ਔਰ ਕਈ ਇਹੋ ਜਿਹੇ ਨਾਮ ਨੇ ਜਿਹੜੇ ਮੈਂ ਲਿਸਟ ਬੋਲ ਲੰਬੀਆਂ ਨਹੀਂ ਲੈ ਸਕਦਾ, ਤਾਂ ਇੱਕੋ ਵਾਰਡ 'ਚ ਦਿਲੋਂ ਧੰਨਵਾਦ ਰਹੂੰਗਾ। ਔਰ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਕਹਿੰਦਾ ਰਹੂੰਗਾ ਕਿ ਔਖੇ ਟਾਈਮ ਮੇਰੇ ਖੁਦ ਦੇ ਪੰਜਾਬ ਦੇ ਵਾਤੀ ਮੇਰੇ ਕੰਮ ਆਏ। ਮੈਨੂੰ ਡੀ ਸੀ ਮੈਡਮ ਅਤੇ ਏ ਡੀ ਸੀ ਸਾਹਿਬ ਵੱਲੋਂ ਖੰਨਾ ਦੇ ਨਗਰ ਨਿਗਮ ਦੇ ਵਿੱਚ ਕਲਰਕ ਦੀ ਪੋਸਟ 'ਤੇ ਇਹਨਾਂ ਨੇ ਕੱਲ੍ਹ ਮੈਨੂੰ ਜੁਆਇਨ ਕਰਾਇਆ। ਤਰੁਣ ਦਾ ਜੋ ਦਰਦ ਸੀਗਾ, ਮੈਂ ਦਰਦ ਕਹੂੰਗਾ, ਮੈਂ ਹੁਣ ਵੀ ਇਹੀ ਕਹਿੰਦਾ ਵਾ ਕਿ ਜੇ ਕਿਸੇ ਨੂੰ ਮੇਰੀ ਕੋਈ ਕਈ ਗੱਲ ਮਾੜੀ ਲੱਗੀ ਹੋਵੇ ਤਾਂ ਉਹ ਮਾਫ਼ ਕਰ ਦਿਓ, ਕਿਉਂਕਿ ਮੈਂ ਗੁੱਸੇ 'ਚ ਨਹੀਂ ਕਹੂੰਗਾ, ਗੁੱਸੇ 'ਚ ਨਹੀਂ, ਦਰਦ 'ਚ ਸੀਗਾ, ਦਰਦ 'ਚ ਸੀਗਾ ਤਰੁਣ ਨੂੰ, ਕਿਉਂਕਿ ਦਰਦ ਸਿਰਫ ਤਰੁਣ ਦਾ ਦਰਦ ਨਹੀਂ ਸੀਗਾ, ਉਹ ਦਰਦ ਪੰਜਾਬ ਦੇ ਲੱਖਾਂ ਕਰੋੜਾਂ ਖਿਡਾਰੀਆਂ ਦਾ, ਨੌਜਵਾਨਾਂ ਦਾ ਦਰਦ ਸੀਗਾ ਜਿਹੜਾ ਉਸ ਦਿਨ ਇਸ ਤਰੀਕੇ ਨਾਲ ਜ਼ਾਹਿਰ ਹੋਣਾ ਪਿਆ। ਕਿਉਂਕਿ ਇਹ ਖਿਡਾਰੀ ਜਿਹੜੇ ਹੈਗੇ ਆ ਨਾ, ਤੁਸੀਂ ਸੋਚ ਨਹੀਂ ਸਕਦੇ ਕਿਸ ਜਜ਼ਬੇ ਦੇ ਨਾਲ ਖੇਡਦੇ ਆ, ਔਰ ਸਿਰਫ ਇੱਕੋ ਚੀਜ਼ ਲਈ ਖੇਡਦੇ ਆ, ਇੰਡੀਆ, ਇੰਡੀਆ, ਭਾਰਤ, ਭਾਰਤ ਦੇਸ਼ ਲਈ। ਮੈਂ ਫਿਰ ਕਹਾਂਗਾ ਤਰੁਣ ਦਾ ਸਾਥ ਦੇਣ ਵਾਲੇ ਸਾਰੇ ਹੀ ਅਜ਼ੀਜ਼ਾਂ ਦਾ ਧੰਨਵਾਦ। ਅੱਜ ਤਰੁਣ ਦੇ ਪਾਪਾ ਉੱਪਰੋਂ ਦੀ ਦੇਖਦੇ ਹੋਣਗੇ ਤਾਂ ਆਸ਼ੀਰਵਾਦ ਦਿੰਦੇ ਹੋਣਗੇ, ਅੱਜ ਖੁਸ਼ ਹੁੰਦੇ ਹੋਣਗੇ। ਮੈਂ ਫਿਰ ਤੁਹਾਡੇ ਚੈਨਲ ਰਾਹੀਂ ਧੰਨਵਾਦ ਕਰਨਾ ਚਾਹੂੰਗਾ ਮਾਨ ਸਰਕਾਰ ਦਾ, ਭਗਵੰਤ ਸਿੰਘ ਮਾਨ ਦਾ, ਮੈਂ ਅਮੀਤ ਹਾਇਰ ਸਾਹਿਬ ਦਾ, ਮੈਂ ਸਾਡੀਆਂ ਸਰਕਾਰਾਂ ਦਾ, ਏ ਡੀ ਸੀ ਸਾਹਿਬ ਦਾ, ਡੀ ਸੀ ਸਾਹਿਬ ਤੱਕ ਲੁਧਿਆਣੇ ਦੇ, ਔਰ ਖੰਨੇ ਦੇ ਸਾਰੇ ਪ੍ਰਸ਼ਾਸਨ ਦਾ, ਔਰ ਸਾਰੇ ਤਮਾਮ। ਮੈਂ ਫਿਰ ਕਹਾਂਗਾ ਮੈਂ ਮੀਡੀਆ ਦਾ ਰੀੜੀਆਂ ਦੋਸਤ। ਪੰਜਾਬ ਸਰਕਾਰ ਤੋਂ ਪੱਕੀ ਨੌਕਰੀ ਮੰਗਦਿਆਂ ਬੀਤੇ ਦਿਨ ਡੀ ਸੀ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਵਾਲੇ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੂੰ ਅੱਜ ਨਗਰ ਨਿਗਮ ਖੰਨਾ ਵਿਖੇ ਆਊਟਸੋਰਸ ਤੇ ਭਰਤੀ ਕਰ ਲਿਆ ਗਿਆ, ਜਿਨ੍ਹੇ ਅੱਜ ਮੁੜ ਤੋਂ ਸਮਾਜ ਸੇਵੀ ਕੁਮਾਰ ਗੌਰਵ ਉਰ ਸੱਚਾ ਯਾਦਵ ਨਾਲ ਡੀ ਸੀ ਦਫ਼ਤਰ ਪਹੁੰਚ ਕੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ਤਰੁਣ ਸ਼ਰਮਾ ਅਤੇ ਕੁਮਾਰ ਗੌਰਵ ਨੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਨੇ ਇੱਕ ਬੇਰੋਜ਼ਗਾਰ ਖਿਡਾਰੀ ਦੀ ਸਾਰ ਲਈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ। ਬਿਲਕੁਲ ਦੋਸਤ, ਪਿਛਲੇ ਕਈ ਸਾਲਾਂ ਤੋਂ ਤਰੁਣ ਦਾ ਜੋ ਦਰਦ ਸੀਗਾ, ਮੈਂ ਦਰਦ ਕਹੂੰਗਾ, ਮੈਂ ਹੁਣ ਵੀ ਇਹੀ ਕਹਿੰਦਾ ਵਾ ਕਿ ਜੇ ਕਿਸੇ ਨੂੰ ਮੇਰੀ ਕੋਈ ਕਈ ਗੱਲ ਮਾੜੀ ਲੱਗੀ ਹੋਵੇ ਤਾਂ ਉਹ ਮਾਫ਼ ਕਰ ਦਿਓ, ਕਿਉਂਕਿ ਮੈਂ ਗੁੱਸੇ 'ਚ ਨਹੀਂ ਕਹੂੰਗਾ, ਗੁੱਸੇ 'ਚ ਨਹੀਂ, ਦਰਦ 'ਚ ਸੀਗਾ, ਦਰਦ 'ਚ ਸੀਗਾ ਤਰੁਣ ਨੂੰ, ਕਿਉਂਕਿ ਦਰਦ ਸਿਰਫ ਤਰੁਣ ਦਾ ਦਰਦ ਨਹੀਂ ਸੀਗਾ, ਉਹ ਦਰਦ ਪੰਜਾਬ ਦੇ ਲੱਖਾਂ ਕਰੋੜਾਂ ਖਿਡਾਰੀਆਂ ਦਾ, ਨੌਜਵਾਨਾਂ ਦਾ ਦਰਦ ਸੀਗਾ ਜਿਹੜਾ ਉਸ ਦਿਨ ਇਸ ਤਰੀਕੇ ਨਾਲ ਜ਼ਾਹਿਰ ਹੋਣਾ ਪਿਆ, ਸਾਨੂੰ ਕਰਨਾ ਪਿਆ, ਇੱਥੇ ਬੂਟ ਪਾਲਿਸ਼ਾਂ ਵੀ ਕਰਨੀਆਂ ਪਈਆਂ। ਔਰ ਮੈਂ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਆਪਣੇ ਹੱਕ ਲਈ ਆਵਾਜ਼ ਚੁੱਕੋ। ਕੌਣ ਕਹਿੰਦਾ, ਕੌਣ ਕਹਿੰਦਾ ਵੈ ਕਿ ਜੇ ਤੁਹਾਡੀ ਆਵਾਜ਼ ਸੱਚੀ ਹੋਵੇ, ਅੱਛੀ ਹੋਵੇ, ਜਜ਼ਬਾ ਹੋਵੇ, ਜਨੂਨ ਹੋਵੇ ਤਾਂ ਸੁਣੀ ਨਹੀਂ ਜਾਂਦੀ। ਤੁਹਾਡੇ ਸਾਹਮਣੇ ਤਰੁਣ ਨੂੰ ਆਊਟਸੋਰਸ 'ਤੇ ਅੱਜ ਨੌਕਰੀ ਮਿਲੀ ਹੈ, ਉਹ ਕਹਿੰਦੇ ਦਹੀਂ ਨੂੰ ਜਾਗ ਤਾਂ ਲੱਗੀ ਹੈ ਨਾ, ਅੱਜ ਇਹਨੂੰ ਨੌਕਰੀ ਮਿਲੀ ਹੈ ਖੰਨਾ ਦੇ ਵਿੱਚ, ਨਗਰ ਨਿਗਮ ਦੇ ਵਿੱਚ ਕਲਰਕ ਦੀ ਮਿਲੀ ਹੈ, ਆਊਟਸੋਰਸ 'ਤੇ ਚਾਹੇ ਮਿਲੀ ਹੈ, ਪੱਕੀ ਨਹੀਂ ਮਿਲੀ, ਸਰਕਾਰੀ ਨਹੀਂ ਮਿਲੀ। ਮੈਂ ਠੀਕ ਕਹਿ ਰਿਹਾ ਤਰੁਣ? ਸੋ ਮੈਂ ਉਮੀਦ ਕਰਦਾ
ਕਿ ਇਹ ਉਮੀਦ ਦੀ ਕਿਰਨ ਜਿਹੜੀ ਜਾਗੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇਹ ਕਹਾਂਗਾ ਕਿ ਇਹ ਅਗਨੀ ਬਣ ਕੇ ਪੂਰੇ ਪੰਜਾਬ ਦੇ ਵਿੱਚ, ਜਿਵੇਂ ਮੈਂ ਤਰੁਣ ਨੂੰ ਕਹਾਂਗਾ ਜੇ ਇਹਨੂੰ ਇਹਦਾ ਹੱਕ ਮਿਲਿਆ ਤਾਂ ਹੋਰਾਂ ਨੂੰ ਵੀ ਉਹ ਹੱਕ ਮਿਲੇ ਔਰ ਪੰਜਾਬ ਦੇ ਖਿਡਾਰੀਆਂ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਵੇ, ਕਿਉਂਕਿ ਇਹ ਖਿਡਾਰੀ ਜਿਹੜੇ ਹੈਗੇ ਆ ਨਾ ਤੁਸੀਂ ਸੋਚ ਨਹੀਂ ਸਕਦੇ ਕਿਸ ਜਜ਼ਬੇ ਦੇ ਨਾਲ ਖੇਡਦੇ ਆ ਔਰ ਸਿਰਫ ਇੱਕੋ ਚੀਜ਼ ਲਈ ਖੇਡਦੇ ਆ, ਇੰਡੀਆ, ਇੰਡੀਆ, ਭਾਰਤ, ਭਾਰਤ ਦੇਸ਼ ਲਈ। ਇਹ ਪੈਸ਼ਨ, ਇਹ ਜਜ਼ਬਾ ਤਾਂ ਹੀ ਬਰਕਰਾਰ ਰਹੇਗਾ ਜੇ ਸਾਡੀਆਂ ਸਰਕਾਰਾਂ, ਸਾਡੀਆਂ ਸਰਕਾਰਾਂ ਸਾਥ ਦੇਣਗੀਆਂ। ਮੈਂ ਫਿਰ ਕਹਾਂਗਾ ਤਰੁਣ ਦਾ ਸਾਥ ਦੇਣ ਵਾਲੇ ਸਾਰੇ ਹੀ ਅਜ਼ੀਜ਼ਾਂ ਦਾ ਧੰਨਵਾਦ। ਅੱਜ ਤਰੁਣ ਦੇ ਪਾਪਾ ਉੱਪਰੋਂ ਦੀ ਦੇਖਦੇ ਹੋਣਗੇ ਤਾਂ ਆਸ਼ੀਰਵਾਦ ਦਿੰਦੇ ਹੋਣਗੇ, ਅੱਜ ਖੁਸ਼ ਹੁੰਦੇ ਹੋਣਗੇ। ਮੈਂ ਫਿਰ ਤੁਹਾਡੇ ਚੈਨਲ ਰਾਹੀਂ ਧੰਨਵਾਦ ਕਰਨਾ ਚਾਹੂੰਗਾ ਮਾਨ ਸਰਕਾਰ ਦਾ, ਭਗਵੰਤ ਸਿੰਘ ਮਾਨ ਦਾ, ਮੈਂ ਅਮੀਤ ਹਾਇਰ ਸਾਹਿਬ ਦਾ, ਮੈਂ ਸਾਡੀਆਂ ਸਰਕਾਰਾਂ ਦਾ, ADC ਸਾਹਿਬ ਦਾ, DC ਸਾਹਿਬ ਤੱਕ ਲੁਧਿਆਣੇ ਦੇ ਔਰ ਖੰਨੇ ਦੇ ਸਾਰੇ ਪ੍ਰਸ਼ਾਸਨ ਦਾ ਔਰ ਸਾਰੇ ਤਮਾਮ, ਮੈਂ ਫਿਰ ਕਹਾਂਗਾ ਮੈਂ ਮੀਡੀਆ ਦਾ ਰਿਣੀ ਹਾਂ ਦੋਸਤ, ਮੈਂ ਮੀਡੀਆ ਦਾ ਰਿਣੀ ਹਾਂ, ਚਾਹੇ ਉਹ ਪੇਪਰ ਮੀਡੀਆ ਹੈ, ਚਾਹੇ ਇਲੈਕਟ੍ਰੋਨਿਕ ਮੀਡੀਆ ਹੈ। ਸਤਿ ਸ਼ਤ ਪ੍ਰਣਾਮ ਹੈ ਤੁਹਾਨੂੰ ਮੀਡੀਆ ਵਾਲਿਆਂ ਨੂੰ, ਕਿਉਂਕਿ ਤੁਸੀਂ ਲੋਕਾਂ ਨੇ ਪ੍ਰਜਾਤੰਤਰ ਜ਼ਿੰਦਾ ਰੱਖਿਆ ਹੋਇਆ, ਤੁਸੀਂ ਹੋ ਅਤੇ ਮੈਂ ਇਹ ਕਹਾਂਗਾ ਕਿ ਹਲੇ ਹੱਕ ਸੱਚ ਜ਼ਿੰਦਾ ਵੈ, ਡੈਮੋਕ੍ਰੇਸੀ ਜ਼ਿੰਦਾ ਵੈ। ਸੋ ਪੰਜਾਬ ਦੇ ਲੋਕਾਂ ਦੇ ਲਈ ਇਹ ਲੜਾਈ ਆਪਾਂ ਸਾਰੇ ਮਿਲ ਕੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਅਤੇ ਜਿਹਨਾਂ ਦਾ ਹੱਕ ਬਣਦਾ ਵੈ ਉਹਨਾਂ ਦਾ ਹੱਕ ਦਵਾਉਂਦੇ ਰਹਾਂਗੇ। ਧੰਨਵਾਦ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਸਾਰੀ ਮੀਡੀਆ ਦਾ, ਦਿਲੋਂ ਧੰਨਵਾਦ ਕਰੂੰਗਾ ਕਿ ਜੇ ਤੁਸੀਂ ਮੇਰੀ ਆਵਾਜ਼ ਬੁਲੰਦ ਨਾ ਕਰਦੇ ਤਾਂ ਉਹ ਇਹ ਮੁਮਕਿਨ ਨਾ ਹੁੰਦਾ। ਤਾਂ ਉਹ ਤੋਂ ਬਾਅਦ ਮੈਂ ਗੌਰਵ ਭਾਅ ਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੰਨਾ ਕੁਝ ਮੇਰੇ ਲਈ ਕਰਿਆ, ਇੱਕ ਈਸ਼ਰ ਭਾਅ ਜੀ ਨੇ ਚੰਡੀਗੜ੍ਹ ਤੋਂ, ਔਰ ਕਈ ਇਹੋ ਜਿਹੇ ਨਾਮ ਨੇ ਜਿਹੜੇ ਮੈਂ ਲਿਸਟ ਬਹੁ ਲੰਬੀਆਂ ਨਹੀਂ ਲੈ ਸਕਦਾ, ਤਾਂ ਇੱਕੋ ਵਰਡ 'ਚ ਦਿਲੋਂ ਧੰਨਵਾਦ ਰਹੂੰਗਾ ਔਰ ਹਮੇਸ਼ਾ ਆਪਣੇ ਬੱਚਿਆਂ ਨੂੰ ਇਹ ਕਹਿੰਦਾ ਰਹੂੰਗਾ ਕਿ ਔਖੇ ਟਾਈਮ ਮੇਰੇ ਖੁਦ ਦੇ ਪੰਜਾਬ ਦੇ ਵਾਤੀ ਮੇਰੇ ਕੰਮ ਆਏ। ਔਰ ਮੈਂ ਮੀਡੀਆ ਦਾ ਤਾਂ ਦਿਲੋਂ ਧੰਨਵਾਦ ਕਰਦੇ ਹਾਂ, ਨਾਲ ਦੀ ਨਾਲ ਮੈਂ ਆਪਣੇ ਪੰਜਾਬ ਦੀ ਸਰਕਾਰਾਂ ਦਾ, ਆਪਣੇ ADC ਸਾਹਿਬ, DC ਮੈਡਮ, MLA ਖੰਨਾ ਅਤੇ EO ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜੀ। ਮੈਨੂੰ DC ਮੈਡਮ ਅਤੇ ADC ਸਾਹਿਬ ਵੱਲੋਂ ਖੰਨਾ ਦੇ ਨਗਰ ਨਿਗਮ ਦੇ ਵਿੱਚ ਕਲਰਕ ਦੀ ਪੋਸਟ 'ਤੇ ਇਹਨਾਂ ਨੇ ਕੱਲ੍ਹ ਮੈਨੂੰ ਜੁਆਇਨ ਕਰਾਇਆ। ਉਹੀ DC ਰੇਟ 'ਤੇ ਦੇਣਗੇ, 13,500 ਸਟਾਰਟਿੰਗ ਹੈ, ਅਤੇ ਮੈਨੂੰ ਇਹ ਵੀ ਵਾਅਦਾ ਕੀਤਾ ਗਿਆ ਕਿ ਅਸੀਂ ਜਲਦੀ ਤੈਨੂੰ ਪੱਕਿਆਂ ਦੇ ਵਿੱਚ ਵੀ ਕਰਾਂਗੇ। ਸਰ, ਜਿਸ ਤਰ੍ਹਾਂ ਤੁਸੀਂ ਆਪਾਂ ਪਿਛਲੇ ਦਿਨ ਵੀ ਦੱਸ ਬਿਆਨ ਕੀਤਾ ਤੁਸੀਂ ਕਿ ਤੁਸੀਂ ਇਕੱਲੇ ਆਉਂਦੇ ਸੀ, ਜੇ ਇਕੱਲਾ ਤੁਹਾਡਾ ਭਰਾ ਜਿਹੜਾ ਤੁਹਾਨੂੰ ਲੈਣ ਵਾਸਤੇ ਆਉਂਦਾ ਸੀ, ਕਿਤੇ ਨਾ ਕਿਤੇ ਲੱਗਦਾ ਕਿ ਹੁਣ ਉਹ ਜਿਹੜੇ ਦੁੱਖ ਨੇ ਉਹ ਦਰਦ ਜਿਹੜੇ ਭੁੱਲ ਜਾਣਗੇ, ਕਿਉਂਕਿ ਰੱਬ ਨੇ ਕਿਤੇ ਨਾ ਕਿਤੇ ਜਾਂ ਸੁਣ ਲਈ ਹੈ, ਥੋੜ੍ਹੀ ਬਹੁਤ ਸੁਣਵਾਈ ਹੋਈ ਹੈ ਜੀ। ਦੇਖੋ, ਕਹਿੰਦੇ ਨਾ ਕਿ 12 ਸਾਲ ਬਾਅਦ ਤਾਂ ਰੋੜੀ ਦੇ ਵੀ ਭਾਗ ਲੱਗ ਜਾਂਦੇ ਆ, ਮੈਨੂੰ ਤਾਂ ਫਿਰ 27 ਸਾਲ ਹੋ ਗਏ, ਮੈਨੂੰ ਤਾਂ ਡਬਲ ਲੱਗ ਗਏ। ਤਾਂ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਵੀ, ਚਾਹੇ ਜਿਹਨੇ ਇੱਕ ਪੈਸੇ ਦੀ ਵੀ ਮੇਰੀ ਮਦਦ ਕਰੀ ਹੈ ਮੈਂ ਉਹਦਾ ਵੀ ਦਿਲੋਂ ਧੰਨਵਾਦ ਕਰਦਾ। ਮੈਂ ਕਰਨ ਔਜਲਾ ਬਾਈ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਇਸ ਪੰਜਾਬ ਦੇ ਪੁੱਤ ਦਾ, ਇੱਕ ਦੂਜੇ ਪੰਜਾਬ ਪੁੱਤ ਦੇ ਮਤਲਬ ਦਰਦ ਸਮਝਿਆ ਅਤੇ ਮੇਰੀ ਬਾਹਾਂ ਪਾੜੀ, ਅਤੇ ਮੈਨੂੰ 9 ਲੱਖ ਦੇ ਕੇ ਮੇਰੇ ਸਿਰੋਂ ਛੱਤ ਬਚਾ ਜਿਹੜੀ ਚੱਲੀ ਜਾਣੀ ਸੀ ਉਹ ਬਚਾ ਤੀ ਚੰਡੀਗੜ੍ਹ। ਔਰ ਚੰਡੀਗੜ੍ਹ ਤੋਂ ਈਸ਼ਰ ਬਾਈ ਜੀ ਨੇ, ਯੁਵਾ ਨੇਤਾ ਨੇ, ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਹੀਂ ਦੇਖਿਆ, ਦਿਨ ਰਾਤ ਨਹੀਂ ਦੇਖੀ ਔਰ ਮੇਰੇ ਨਾਲ ਖੜੇ ਰਹੇ। ਕਿਤੇ ਨਾ ਕਿਤੇ ਤੁਹਾਡੇ ਪਾਪਾ ਦਾ ਸੁਪਨਾ ਵੀ ਪੂਰਾ ਹੋਇਆ ਜੀ। ਮੇਰੇ ਫਾਦਰ ਸਾਹਿਬ ਇਹੀ ਇਸ ਦੁਨੀਆਂ ਤੋਂ 2 ਸਾਲ ਪਹਿਲੇ ਚਲੇ ਗਏ। ਓਏ ਪਾਗਲਾ, ਓਏ ਡੈਡੀ ਅੱਜ ਵੀ ਨਾਲ ਆਸ਼ੀਰਵਾਦ ਦਿੰਦੇ ਪਏ ਕਮਲਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਦੇਖ ਤੂੰ ਇੰਸਪੀਰੇਸ਼ਨ ਹੈ, ਤੈਨੂੰ ਦੇਖੇ, ਤੈਨੂੰ ਇਹ ਕੈਮਰੇ ਦੇ ਅੱਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ, ਲੱਖਾਂ ਨੌਜਵਾਨ ਦੇਖਦੇ ਹੋਣਗੇ ਤਰੁਣ ਦੀ ਮਿਹਨਤ ਨੂੰ, ਔਰ ਦੇਖ ਕੇ ਤਰੁਣ ਤੋਂ ਉਹ ਮਿਹਨਤ ਕਰਨਗੇ, ਉਹ ਹੋਰ ਅੱਗੇ ਵਧਣਗੇ, ਉਹ ਅੱਗੇ ਵਧਣਗੇ, ਉਹ ਦੇਸ਼ ਲਈ ਖੇਡਣਗੇ,
ਇਸ ਦੇਸ਼ ਲਈ, ਇੰਡੀਆ ਜਿਹੜਾ ਇੱਥੇ ਵੱਸਦਾ ਮੈਂ, ਇੱਥੇ ਵੱਸਦਾ, ਇੱਥੇ ਇੱਥੇ ਵੱਸਦਾ। ਸੋ ਮੈਂ ਫਿਰ ਕਹਾਂਗਾ ਕਿ ਖੇਡ ਜਾਰੀ ਰੱਖਿਓ ਦੋਸਤ, ਖੇਡ ਜਾਰੀ ਰੱਖਿਓ, ਖੇਡਾਂ ਨਾਲ ਪਿਆਰ ਕਰਿਓ। ਸਾਨੂੰ ਮਾਣ ਆਪਣੇ ਪੰਜਾਬ 'ਤੇ, ਮਾਣ ਆਪਣੇ ਹਿੰਦੁਸਤਾਨ 'ਤੇ। ਤਰੁਣ, ਮਾਣ ਹੈ ਪੰਜਾਬ ਨੂੰ, ਦੇਸ਼ ਨੂੰ ਤੇਰੇ 'ਤੇ ਯਾਰਾ ਮਾਣ ਹੈ। ਆਪਣੇ ਪਾਪਾ ਲਈ ਕੀ ਕਹਿਣਾ ਚਾਹੋਗੇ ਦੋ ਸ਼ਬਦ? ਮੈਂ ਇਹੀ ਕਹੂੰਗਾ ਕਿ ਐਜ਼ ਆ ਫਾਦਰ, ਮੈਨੂੰ ਜੇ ਮੈਂ 7 ਜਨਮ ਲਵਾਂ ਤਾਂ ਇਹੀ ਫਾਦਰ, ਇਹੀ ਫੈਮਿਲੀ ਮੈਨੂੰ ਚਾਹੀਦੀ ਹੈ। ਉਹਨਾਂ ਦਾ ਦੇਣਾ ਪੂਰੀ ਜ਼ਿੰਦਗੀ ਨਹੀਂ ਦੇ ਸਕਦਾ ਵੀਰੇ। ਮੈਂ ਮੰਨਦਾ ਕਿ ਮੈਨੂੰ ਉਹਨਾਂ ਨੇ ਕਦੇ ਹੈਂਡੀਕੈਪ ਮਹਿਸੂਸ ਨਹੀਂ ਹੋਣ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ ਕਿ ਬੇਟਾ ਤੂੰ ਹਰੇ ਕੁਝ ਕਰ ਸਕਦਾ, ਅੱਗੇ ਤੋਂ ਕਹਿਣਾ ਵੀ ਨਹੀਂ ਤੂੰ ਹੈਂਡੀਕੈਪ ਹੈ। ਹੈਂਡੀਕੈਪ ਉਹ ਹੁੰਦਾ ਜਿਹੜਾ ਸਭ ਕੁਝ ਹੁੰਦੇ ਹੋਏ ਵੀ ਕੁਛ ਨਹੀਂ ਕਰ ਪਾਉਂਦਾ। ਤੂੰ ਤਾਂ ਕਰਕੇ ਦਿਖਾਇਆ ਇਸ ਦੇਸ਼ ਦਾ ਨਾਮ ਰੋਸ਼ਨ, 18 ਗੋਲਡ ਮੈਡਲ। ਮੈਨੂੰ ਕੋਈ ਹੋਰ, ਕੋਈ ਵੀ ਕਿਸੇ ਵੀ ਮੁਕਾਮ 'ਤੇ ਹੋਵੇ, ਮੈਨੂੰ ਲੈ ਕੇ ਦਿਖਾਵੇ। ਤੂੰ ਕਰਕੇ ਦਿਖਾਇਆ ਇਸ ਦੇਸ਼ ਲਈ। ਸਭ ਤੋਂ ਫਿਰ ਦਿਲੋਂ ਧੰਨਵਾਦ ਕਰਦਾ, ਅਤੇ ਇੱਕ ਜ਼ਰੂਰ ਕਹੂੰਗਾ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।